ਪਹਿਲਾਂ ਵਿੱਚ ਜੇ ਨੂੰ ਦੀਗਾ ਟਕਾ ਮਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਪ੍ਰਦੀਪ ਅਤੇ ਤੁਸੀਂ ਦੇਖ ਰਹੇ ਹੋ ਪ੍ਰਦੀਪ ਵਲੌਗ 'ਚ ਅਤੇ ਪਿਛਲੇ ਵਲੌਗ ਤੁਸੀਂ ਦੇਖਿਆ ਹੋਊਗਾ ਮੈਂ ਸਟਿੱਕਰ ਜਿਹੜੇ ਲਵਾਏ ਸੀ ਉਹਦੇ ਵਾਲਾ ਪਿਸਤੌਲ ਵਾਲਾ ਅਤੇ ਉਹਦੇ ਵਾਲੇ ਲੈ ਲਾਹਦੇ ਸੀਗੇ ਅਤੇ ਅੱਜ ਵਾਲੇ ਵਲੌਗ 'ਚ ਆਪਾਂ ਤੁਸੀਂ ਦੇਖ ਲਿਆ ਆਪਾਂ ਥੰਬਨੇਲ 'ਚ ਕੀ ਕਰਨਾ ਅਤੇ ਚਲੋ ਆਪਾਂ ਕਰਨੀ ਕਰਨਾ ਅਤੇ ਮੈਂ ਸੀ ਸੋਚਿਆ ਵੀ ਇੱਧਰਲੇ ਪਾਸੇ ਆਪਾਂ ਉਹ ਪਿਸਤੌਲ ਜਿਹੜਾ ਉਰੇ ਲਵਾਇਆ ਸੀਗਾ ਉਹ ਉਰੇ ਲਵਾ ਦਈਏ ਕਿ ਨਾ ਲਵਾਈਏ ਇਹ ਮੈਨੂੰ ਦੱਸੋ ਕਮੈਂਟ ਕਰਕੇ ਅਤੇ ਇੱਧਰਲੇ ਪਾਸੇ ਮੈਂ ਚੀਜ਼ ਸੋਚ ਲਈ ਸਰਪ੍ਰਾਈਜ਼ ਤੁਹਾਨੂੰ ਕੱਲ੍ਹ ਦੱਸਾਂਗੇ ਵੀ ਕੀ ਲਵਾਈ ਆ ਅਤੇ ਉਰੇ ਆਪਾਂ ਲਿਖਾਵਾਂਗੇ ਤੇਲ ਨਹੀਂ ਵਰਕਦੇ ਕਿਉਂਕਿ ਉਰੇ ਮਿਲਕ ਹੀ ਡਿਮਾਂਡ ਆ ਉੱਧਰ ਕਿਸੇ ਹੋਰ ਦੀ ਡਿਮਾਂਡ ਆ ਇੱਧਰ ਤੁਸੀਂ ਦੱਸੋ ਵੀ ਪਿਸਤੌਲ ਲਵਾਈਏ ਉਹ ਵਾਲਾ ਜਿਹੜਾ ਉਰੇ ਲਵਾਇਆ ਸੀ ਜਾਂ ਕੁਛ ਹੋਰ ਲਵਾਈਏ ਜਾਂ ਫਿਰ ਇਹੀ ਰੱਖੀਏ ਕਮੈਂਟ ਕਰਕੇ ਦੱਸੋ ਠੀਕ ਆ ਅਤੇ ਕਿਹੜੇ ਆਪਾਂ ਮੀਟਰ ਕਾਲੇ ਕਰਾਏ ਸੀ ਤੁਹਾਨੂੰ ਦਿਖਾਉਣੇ ਤਾਂ ਲਾਈਨਾਂ ਦੇਖੋ ਤੁਹਾਨੂੰ ਦੀਆਂ ਨਿੱਕੇ 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 ਸ਼ਾਇਦ ਤੁਹਾਨੂੰ ਨਾ ਦਿਖਦੀਆਂ ਹੁਣ ਤੇ ਜਿਹੜੇ ਟੇਪ ਕਰੀ ਸੀ ਉਹਨੇ ਐਂ ਕਰਕੇ ਕਰੀਆਂ ਸੀਗਾ ਉਹ ਨੌ ਕਰਕੇ ਲਾਈਨਾਂ ਹੀ ਛਪ ਗਈਆਂ ਵੀ ਹਾਲ ਕੱਲ੍ਹ ਕਰਾਵਾਂਗੇ ਅਤੇ ਉਹ ਕੱਲ੍ਹ ਤਾਂ ਕਰਾਉਣਾ ਕਿਉਂਕਿ ਅੱਜ ਹੈਗਾ ਸੰਡੇ ਅਤੇ ਅੱਜ ਸੰਡੇ ਨੂੰ ਦੁਕਾਨ ਬੰਦ ਹੁੰਦੀ ਹੈ ਕਮਲ ਦੀ ਜਿਹਦੇ ਅਸੀਂ ਸਟਿੱਕਰ ਵਗੈਰਾ ਲਵਾਉਂਦੇ ਹੁੰਦੇ ਹਾਂ ਅਤੇ ਉਹ ਅਸੀਂ ਕੱਲ੍ਹ ਕਰਾਵਾਂਗੇ ਅਤੇ ਅੱਜ ਵਾਲੀ ਵੀਡੀਓ ਵਿੱਚ ਮੈਂ ਇੱਕ ਤੁਸੀਂ ਮੈਨੂੰ ਕਮੈਂਟ ਹੁਣ ਕੇ ਵੀਡੀਓ ਪਾਈ ਸੀਗੀ ਮੈਂ ਵੀ ਪਟਾਕਾ BSX ਬੁਲਟ ਨਹੀਂ ਮਾਰਦਾ ਅਤੇ ਬਹੁਤ ਕਮੈਂਟ ਆਏ ਵੀ ਆਹ ਬਾਈ ਦੀ ਵੀਡੀਓ ਦੇਖ ਪਤਾ ਨਹੀਂ ਕੀ ਅਪਗ੍ਰੇਡ ਇਹੋ ਜਿਹਾ ਕੁਛ ਨਾਮ ਆ ਉਹ ਨਾਮ ਹੀ ਲੈਣਾ ਉਹਦਾ ਅਤੇ ਉਹਨੇ ਦੱਸਿਆ ਸੀਗਾ ਵੀ ਇੱਥੇ ਕੋਈ ਪਲੱਗ ਪਲੁੱਗ ਆ ਉਹਨੂੰ ਕੱਢ ਕੇ ਬੰਦ ਹੋ ਜਾਂਦਾ ਮੋਟਰ ਉਹਦੀ ਸੁੱਚ ਲਾਉਣੀ ਪੈਂਦੀ ਹੈ ਫਿਰ ਪਟਾਕਾ ਮਾਰਦਾ ਅਤੇ ਵੈਸੇ ਮੈਨੂੰ ਵਿਸ਼ਵਾਸ ਜਿਹਾ ਤਾਂ ਹੋਇਆ ਨਹੀਂ ਪਰ ਮੈਂ ਕਿਹਾ ਚੱਲ ਆਪਾਂ ਕਰਕੇ ਦੇਖਦੇ ਹਾਂ ਮੈਂ ਵੈਸੇ ਅੱਜ ਘਰੇ ਖੋਲ੍ਹਿਆ ਤਾਂ ਪਲੱਗ ਜਿਹਾ ਬੰਦ ਹੋ ਗਿਆ ਚੱਲ ਮਤਲਬ ਕਿ ਸਟਾਰਟ ਹੁੰਦਾ ਸਟਾਰਟ ਹੋ ਕੇ ਫਿਰ ਮੈਂ ਪਲੱਗ ਕੱਢਿਆ ਬੰਦ ਹੋ ਗਿਆ ਸੀ ਬੁਲਟ ਫਿਰ ਮੈਨੂੰ ਲੱਗ ਗਿਆ 1% ਵੀ ਹੋ ਸਕਦਾ ਪਰ ਮੈਂ ਕੋਈ ਸੋਚ ਨਹੀਂ ਹੈਗੀ ਤਾਂ ਕਰਕੇ ਆਪਾਂ ਚੱਲਦੇ ਹਾਂ ਹੁਣ ਨਾਲ ਦੇ ਪਿੰਡ ਉੱਥੇ ਲੈ ਕੇ ਮੈਂ ਸੁੱਚ ਅਤੇ ਕਰਕੇ ਦੇਖਦਾ ਵੀ ਪਟਾਕਾ ਮਾਰਦਾ ਕਿ ਨਹੀਂ ਮਾਰਦਾ ਤੂੰ ਨਾ ਦੇਖ ਲਿਆ ਕਿ ਮੈਂ ਲੱਭਦਾ ਤੁਹਾਨੂੰ ਆ ਕੇ ਦਿਖਾਉਣਾ ਤੁਹਾਨੂੰ ਪਾ ਚੱਲ ਆਪਾਂ ਲੈ ਕੇ ਆਈਏ ਪਹਿਲਾਂ ਸੁੱਚ ਇੱਕ ਸੁੱਚ ਜੀ ਮੈਂ ਬੁੱਗੂ ਵਾਲੇ ਸਿੱਟੀ ਸੀਗੀ ਉੱਥੇ ਕੁਝ ਵਾ ਕੇ ਚੱਕ ਕੇ ਲੈ ਗਿਆ ਆਪਦੇ ਸਾਈਕਲ ਤਾਂ ਲਾਈ ਫਿਰਦਾ ਉਹ ਹੁਣ ਉਦੋਂ ਮੈਨੂੰ ਹੁਣ ਯਾਦ ਆਉਂਦਾ ਵੀ ਸਿੱਟਣੀ ਨਹੀਂ ਚਾਹੀਦੀ ਸੀਗੀ ਚਲੋ ਕੋਈ ਗੱਲ ਨਹੀਂ ਅਤੇ ਚਲੋ ਚੱਲੀਏ ਫਿਰ ਪਰ ਵੈਸੇ ਹੈਗਾ ਰਿਸਕ ਵਾਲਾ ਕੰਮ ਆ ਮੈਂ ਰਿਸਕ ਲੈ ਰਿਹਾ ਬਹੁਤ ਵੱਡਾ ਅਤੇ ਬਾਈ ਨੇ ਵੀ ਕਿਹਾ ਵੀ ਆਪਦੇ ਰਿਸਕ 'ਤੇ ਟਰਾਈ ਕਰੋਗੇ ਨਾ ਮੇਰੇ ਰਿਸਕ 'ਤੇ ਕੋਈ ਨਹੀਂ ਤੁਹਾਡੇ ਬੁਲਟ ਨੂੰ ਕੁਛ ਹੁੰਦਾ ਤਾਂ ਤੁਸੀਂ ਆਪਦੇ ਆਪ ਜ਼ਿੰਮੇਵਾਰ ਹੋ ਵੀ ਕੁਛ ਖਰਾਬ ਹੋ ਸਕਦਾ ਇੱਕ ਮੈਂ ਵੀਡੀਓ ਦੇ ਚਲੋ ਜੀ ਸੁੱਚ ਆਪਾਂ ਲੈ ਲਈ ਆਹ ਦੇਖੋ ਆਹ ਵਾਲੀ ਜਿਹੜੀ ਆ ਔਨ ਆਫ ਵਾਲੀ ਹੁੰਦੀ ਆ ਅਤੇ ਆਪਾਂ ਟੈਂਪਰੇਰੀ ਜਿਹਾ ਕੰਮ ਕਰਕੇ ਦੇਖਾਂਗੇ ਅਤੇ ਹੁਣ ਆਪਾਂ ਚੱਲਦੇ ਹਾਂ ਪਿੰਡ ਵਾਲੇ ਰਾਹ 'ਤੇ ਜਿੱਥੇ ਜੇ ਪਟਾਕਾ ਮਾਰ ਗਿਆ ਤਾਂ ਕਿਸੇ ਨੂੰ ਡਿਸਟਰਬੈਂਸ ਨਾ ਹੋਵੇ ਅਤੇ ਚਲੋ ਚੱਲਿਆ ਫੜ ਲੈ ਕੇ ਉਹ ਦੇਖੋ ਕੰਪਿਊਟਰ 'ਚ ਵੈਲਕਮ ਹੋਇਆ ਅਤੇ CPU ਚੱਲ ਪਿਆ ਹੁਣ ਟੱਚ ਵੀ ਚੱਲਦੀ ਨਹੀਂ ਨਾ ਮਾਊਸ ਕਿੱਥੇ ਆ ਕੀਬੋਰਡ ਕਿੱਥੇ ਆ ਬਾਅਦ ਜਾ ਕੁਛ ਉਹ ਦੇਖੋ ਚੱਲਦਾ ਹੁਣ ਮਾਊਸ ਹੀ ਰਹਿ ਗਿਆ ਅਸੀਂ ਰਹਿ ਜਾਈਏ ATM ਪੈਸੇ ਕਢਾਉਣ ਵਾਸਤੇ ਪਰ ਪਤਾ ਨਹੀਂ ਕੀ ਚੱਕਰ ਉਹ ਚੱਲੀਏ ਨਹੀਂ ਚੱਲਦਾ ਇੱਕ ਮੋਡੀਫਾਈ ਆ ਟਰੈਕਟਰ ਲੰਘਿਆ ਕੋਲ ਦੀ ਤੁਹਾਨੂੰ ਦਿਖਾ ਨਹੀਂ ਸਕਿਆ ਚਲੋ ਕੋਈ ਗੱਲ ਨਹੀਂ ਅਤੇ ਫਿਲਹਾਲ ਚਲੋ ਚੱਲੀਏ ਪਿੰਡ ਨੂੰ ਹੋ ਉਹਦਾ ਸਟਾਰਟਿੰਗ ਪੁਆਇੰਟ ਜਿਵੇਂ ਕੰਪਿਊਟਰ ਨਹੀਂ ਸਟਾਰਟ ਹੁੰਦਾ ਹੁੰਦਾ ਉਹ ATM ਸਟਾਰਟ ਹੋ ਜਾਂਦੀ ਪਤਾ ਨਹੀਂ ਕੁੱਕਾਂ ਵੀ ਮਾਰ ਰਿਹਾ ਸੀ ਸਾਨੂੰ ਤਾਂ ਟੈਨਸ਼ਨ ਪੈ ਗਈ ਪਰ ਚੱਲਿਆ ਨਹੀਂ ਅਤੇ ਫਿਲਹਾਲ ਚਲੋ ਪਿੰਡ ਨੂੰ ਚੱਲੀਏ ਵਾਪਸ ਅਤੇ ਬਾਕੀ ਅਸੀਂ ਆ ਗਏ ਹੁਣ ਪਿੰਡ ਵਾਲੇ ਰਾਹ 'ਤੇ ਅਤੇ ਇੱਥੇ ਕਰਕੇ ਦੇਖਦਾ ਟਰਾਈ ਆਪਣਾ ਤਾਂ ਸੋਚ ਹੈਗੀ ਪਤਾ ਨਹੀਂ ਚੱਲਦੀ ਪਤਾ ਨਹੀਂ ਕਿਹੜਾ ਦੇਖ ਚੈੱਕ ਕਰਕੇ ਲੈ ਕੇ ਆਇਆ ਤਾਂ ਦੇਖੀਏ ਵੀ ਤਾਂ ਰੱਬ ਰਾਖਾ ਅਤੇ ਇੱਕ ਹੋਰ ਗੱਲ ਪਹਿਲਾਂ ਤਾਂ ਮੋਟਰਾਂ ਠੰਡਾ ਹੀ ਸਟਾਰਟ ਨਹੀਂ ਕਰਿਆ ਜੀ ਉਦੋਂ ਮੈਂ ਕੱਢਿਆ ਸੀ ਪਲੱਗ ਅਤੇ ਹੁਣ ਤਾਂ ਜੇ ਭੁੱਲ ਕੇ ਵੀ ਪਿੰਡ ਨੂੰ ਹੱਥ ਲੱਗ ਗਿਆ ਇਹਦਾ ਤਸੱਲੀ ਕਰਾ ਦੋ ਮੇਰੀ ਥੱਲੇ ਹੈਗਾ ਇੱਕ ਪਲੱਗ ਨਾ ਸੈਂਸਰ ਨਹੀਂ ਪਿੰਡ ਨੂੰ ਲੱਗ ਗਿਆ ਮੇਰਾ ਹੱਥ ਬਸ ਗਿਆ ਬੰਦ ਤਾਂ ਹੋ ਗਿਆ ਇਹਦੇ ਨਾਲ ਹੁਣ ਇੱਥੇ ਬਸ ਸੁੱਚ ਐਡ ਕਰਨੀ ਆ ਹੁਣ ਪਤਾ ਨਹੀਂ ਕਿਵੇਂ ਕੀਤੀ ਸੀ ਉਹਨਾਂ ਨੇ ਬਸ ਸਿੱਧੀ ਵਿੱਚ ਲਾ ਦਿਓ ਤਾਂ ਕਹਿੰਦੇ ਤਾਰਾਂ ਜੁੜਨੀਆਂ ਨਹੀਂ ਚਾਹੀਦੀਆਂ ਕੋਸ਼ਿਸ਼ ਤਾਂ ਇਹ ਕਰਾਂਗੇ ਵੀ ਜੁੜੇ ਨਾ ਬਾਕੀ ਜੁੜ ਗਈਆਂ ਤਾਂ ਬਸ ਰੱਬ ਰੱਖ ਹਾਂ ਹਾਂ ਉਹ ਕਿੱਡੀ ਤਕੜੀ ਸੁੱਚਾ ਤਾਰ ਓਏ ਊੜੀ 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 ਆਪਾਂ ਕਰਨ ਤਾਂ ਜਾ ਰਹੇ ਹਾਂ ਮਚੂਈ ਚਲਣ ਚੰਗੀ ਤਰ੍ਹਾਂ ਪਾਣੀ ਪੂਣੀ ਦਾ ਇੰਤਜ਼ਾਮ ਹੈਗਾ ਕੋਲੇ ਰੱਬ ਰੱਖਾ ਹੋਰ ਟੋਬਾ ਹੈਗਾ ਟੋਬੇ 'ਚ ਰੋੜ ਦਾਂਗੇ ਟੋਬੇ 'ਤੇ ਲਵੇ ਲਾ ਲਾ ਪਹਿਲੀ ਗੱਲ ਤਾਂ ਇਹ ਕੋਈ ਵੀ ਵੀਡੀਓ ਦੇਖ ਕੇ ਬਿਲਕੁਲ ਵੀ ਟਰਾਈ ਨਾ ਕਰਿਓ ਬਿਲਕੁਲ ਵੀ ਤੇ ਮੈਂ ਐਕਸਪੈਰੀਮੈਂਟਲੀ ਕਰ ਰਿਹਾ ਹਾਂ ਅਤੇ ਦੇਖਦਾ ਵੀ ਕੁਛ ਬਣਦਾ ਕਿ ਨਹੀਂ ਬਣਦਾ ਬਾਕੀ ਤੁਸੀਂ ਜਮਾਂ ਨਾ ਟਰਾਈ ਕਰੋ ਠੀਕ ਆ ਕਿੱਥੇ ਗਾ ਪਲੱਗ ਇਹ ਚਲਾਉਣਾ ਥੱਲੇ ਚਲਾਉਣਾ ਹੁਣ ਸੌਦਾ ਕੁਰੇ ਰੱਖਣ ਨੂੰ ਕਿਹਾ ਸੀ ਉਹਨੇ ਉੱਪਰ ਉੱਪਰ ਵਾਲੇ 'ਚ ਰੱਖਿਆ ਸੀ ਦੋ ਤਾਰ ਦਾਰਾਂ ਅੰਦਰ ਅੰਦਰ ਨਹੀਂ ਜੋੜਨੀ ਚਾਹੀਦੀ ਮਤਲਬ ਉਹਨੇ ਐਂ ਕਿਹਾ ਤੁਰ ਤੁਰ ਤਾਰਾਂ ਲਾ ਕੇ ਮਿਲਦਾ ਤੁਹਾਨੂੰ
देखो हुण सोचदे ही लाइयां तां हैगियां तारां ते देखदा की बनदा। एक दो तीन काटा हो गया क्योंकि डब्बी सच पट जहा हो गया खड़ जहा सोच दुबारे कट के लाने जुड़ता गई डंगर जहा जुड़निया नहीं चाहिए है हूँ मैं देखा करके देखो सोच जमे नहीं जुड़नी नहीं चाहिए जमे भी ना देखो जुड़ी नहीं हैगी तो हम रब रखा सा देखे करके खड़ ऑन करना पहला चल चल बंद हूँ लग गया तार जोड़ गई हम जो करन लगे तो फिर सोचो मैं कम करना बंद कर गई हम दोबारे हल करना पौधा यार की हो गया दोबारे हल करना पर लग गया दी बंद जी तो होना ना बह जा हम दिखा खड़ के सुने ते हुण एक बार फिर तो ट्राई कर देंगे क्योंकि हुण सोच चली चल भी होनी ठीक है ठीक है मोटर चली जाऊगी पटाका मारू पर तेल मोटर बंद होंगी मन लगता है मशीन बंद हो जाती है तो यह कोई फायदा फिर आई सोच काम हो गया एक बार लास्ट ट्राई कर दिया बाद नहीं कणक च मारा मोटर है नहीं चाहू नहीं भी नहीं मारा सामी मेरा कोई दोस्त नहीं आया नहीं सच गलत रहे क्योंकि सच्चा का काम पूरा कर रही है पर टाका नहीं मारता झकदा हूँ मैं जो पलग थी मैं उकड़े ला देना क्योंकि देखो जो तारा तुरंत टुट गई मुड़ के स्टार्ट नहीं होना इस करके तुम अजे पंगा लियो ही ना चलो देखिए हम चलता भी है कि हम चल दिए ना ट्राई करके देखिए मैं बाली बाली ट्राई नहीं करूंगा क्योंकि जी मोटर है खराब हो सकती जिनी बार आप सच कट के लावे उन्नी बार वो बंद होगी फिर चलूगी बंद होगी चलूगी तो एक मोटर खराब हो सकती है तो करके रिकमेंडेशन तो यही है भी पटाके पटूकड़ सिस्टम का ट्राई ना करो BS6 तो स्पैशल ना करो क्योंकि पटाके मारदा नहीं कोई जुगाड़ जगुड़ दा के शायद मार जाए भी किसी लोट पर तुसी ट्राई ना करो तो जेडे BS4 वाले या फिर होर पटाके मार दे जेडे
ਤੇ ਮੈਂ ਤਾਂ ਉਹਨਾਂ ਨੂੰ ਵੀ ਇਹੀ ਕਹੂੰਗਾ ਵੀ ਤੁਸੀਂ ਪਟਾਕਾ ਨਾ ਵਜਾਓ ਕਿਉਂਕਿ ਇਹ ਤੁਹਾਡੇ ਬੁਲਟ ਲਈ ਹਾਰਮਫੁਲ ਆ ਤੇ ਹੋਰ ਆ ਜਿਹੜੇ ਬੰਦੇ ਨੇ ਉਹਨਾਂ ਨੂੰ ਵੀ ਥੋੜ੍ਹਾ ਬੁਰਾ ਹੀ ਲੱਗਦਾ ਫੁਕਰਾ ਹੀ ਕਹੂਗਾ ਅਗਲਾ ਤੁਹਾਨੂੰ ਚਲੋ ਫੁਕਰਾ ਤਾਂ ਲੋਕ ਕਹਿ ਨਹੀਂ ਰਹਿੰਦੇ ਨੇ ਚਲੋ ਉਹ ਵੱਡੀ ਗੱਲ ਨਹੀਂ ਪਰ ਫਿਰ ਵੀ ਤੁਸੀਂ ਨਾ ਵਜਾਓ ਪਟਾਕਾ ਤੇ ਬਸ ਫਿਰ ਹੁਣ ਚੱਲਦਿਆਂ ਘਰ ਨੂੰ ਕੋਈ ਫਾਇਦਾ ਨਹੀ�ਂ ਹੋਇਆ ਸੋਚਦਾ ਹੁਣ ਸੋਚ ਸਾਂਭ ਕੇ ਰੱਖਣੀ ਪਰ ਪਿਛਲੀ ਵਾਰ ਨਹੀਂ ਹੁਣ ਮੈਨੂੰ 50 ਰੁਪਏ ਲਾਉਣੇ ਪਏ ਸੋਚਦੇ 50 ਰੁਪਏ ਦੀ ਆਈ ਆ ਤੇ ਹੁਣ ਹੋ ਗਿਆ ਜੀ ਹਨੇਰਾ ਤੇ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਅਜੇ ਮੈਂ ਤੁਸੀਂ ਕੋਈ ਖੁੱਲੀਆਂ ਮਿੰਟਾਂ ਪਾਉਣ ਤੁਸੀਂ ਮੇਰੇ ਖੁੱਲੀ ਮੂਰੀ ਵਾਲੇ ਤਾਂ ਦੇਖੋ ਬੁਲਟ ਨੇ ਕੀ ਕਰਤਾ ਕਿਉਂਕਿ ਇਹਦੀ ਹਮੇਸ਼ਾ ਉੱਥੇ ਫਸ ਜਾਂਦੀ ਆ ਜਿਹੜਾ ਫੁੱਟ ਰੈਸਟ ਆ ਪੈਰ ਰੱਖਣ ਵਾਲਾ ਉਹ 'ਚ ਮੂਰੀ ਫਸ ਜਾਂਦੀ ਆ ਆਪਣਾ ਪੈਰ ਥੱਲੇ ਰੱਖਿਆ ਹੁੰਦਾ ਫਿਰ ਮੋਟਰਾਂ ਜਦੋਂ ਰੇਸ ਦਿੰਦੇ ਆ ਉਹ ਗਾਹਾਂ ਵੱਜ ਜਾਂਦਾ ਅਤੇ ਪਾੜ ਗਈ ਅਤੇ ਇਹਦਾ ਵੀ ਨਹੀਂ ਮੇਰੇ ਦੋ ਤਿੰਨ ਪੈਂਟਾਂ ਹੋਰਾਂ ਦਾ ਵੀ ਇਹੀ ਕੰਮ ਹੋਇਆ ਹੋਇਆ ਜਿਹਦੇ ਉੱਤੇ ਤੁਸੀਂ ਬੈਠੇ ਹੋ ਗੱਲਾਂ ਦਾ ਗੱਲਾਂ ਅਤੇ ਮੈਂ ਸੋਚਦਾ ਸੀਗਾ ਵੀ ਇੱਕ ਤਾਂ ਹੈਂਡਲ ਚੇਂਜ ਕਰਾਉਣਾ ਆਪਾਂ ਆਰ ਡੀ 350 ਦਾ ਪਵਾਵਾਂਗੇ ਅਤੇ ਇੱਕ ਆਪਾਂ ਲੌਂਗ ਬੋਰਡਰ ਦਾ ਜਿਵੇਂ ਪਤਾ ਹੀ ਹੈ 10,000 ਆਪਣੇ ਫੋਲੋਅਰ ਹੋਣ ਵਾਲੇ ਨੇ ਅਤੇ ਉਹ ਪਵਾਉਣੀ ਆ ਇੱਕ ਮਸ਼ੀਨ ਵਾਲਾ ਮਸ਼ੀਨ ਗੰਨ ਵਾਲਾ ਸਲੈਂਸਰ ਉਹ ਵੀ ਮੈਂ ਦੇਖ ਰਿਹਾ ਮੈਂ ਲੁਧਿਆਣੇ ਜਾਊਂਗਾ ਇੱਕ ਦੋ ਦਿਨ 'ਚ ਜੇ ਮੈਂ ਗਿਆ ਤਾਂ ਉੱਥੋਂ ਮੈਂ ਲੈ ਆਊਂਗਾ ਤਿੰਨ ਚੀਜ਼ਾਂ ਅਤੇ ਜਲਦ ਹੀ ਲੈ ਕੇ ਆਊਂਗਾ ਅਤੇ ਉਹਦੇ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਅਤੇ ਅੱਜ ਦਾ ਵਲੋਗ ਆਪਾਂ ਓਰੀਐਂਟ ਕਰਦੇ ਹਾਂ ਜੇ ਵਲੋਗ ਬਦਲ ਗਿਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਕਰ ਦਿਓ ਅਤੇ ਮਿਲਦੇ ਹਾਂ ਤੁਹਾਨੂੰ ਆਪਾਂ ਨਵੇਂ ਵਲੋਗ 'ਚ ਤਦ ਤੱਕ ਲਈ ਬਾਏ ਟਾਟਾ।